ਬਾਬਾ ਸੁੰਦਰ ਸਿੰਘ ਜੀ, ਹਾਂਜੀ, ਮੈਂ ਆਪ ਜੀ ਨੂੰ ਪੁੱਛਣਾ ਚਾਹੁੰਦਾ, ਤੁਸੀਂ ਇੱਥੇ ਨਿਰਮਲ ਕੁਟੀਆ 'ਤੇ ਕਦੋਂ ਤੋਂ ਰਹਿੰਦੇ ਹੋ, ਇੱਥੇ ਸੇਵਾ ਕਰ ਰਹੇ ਹੋ? ਅੱਛਾ ਜੀ, ਅਤੇ ਇਸ ਵੇਲੇ ਅੱਜ ਹੈਗੀ ਹੈ 2011, ਕਹਿੰਦੇ ਜੀ, ਯਾਨੀ ਕਿ ਪਿਛਲੇ 2007 ਤੋਂ ਤੁਸੀਂ ਇੱਥੇ ਸੇਵਾ ਕਰ ਰਹੇ ਹੋ, ਅਤੇ ਇਸ ਕਮਰੇ ਵਿੱਚ ਤੁਹਾਨੂੰ ਇੱਥੇ ਉਹਨਾਂ ਨੇ ਕੁਛ ਪ੍ਰਬੰਧ ਕਰਕੇ ਦੱਸੇ ਹੋਏ ਨੇ, ਜਿਸ ਤਰ੍ਹਾਂ ਕਿ ਇੱਟਾਂ ਨਾਲ ਲੱਗਿਆ ਹੋਇਆ ਪੱਖਾ ਅਤੇ ਥੋੜ੍ਹੀ ਜਿਹੀ ਚੀਜ਼ਾਂ, ਅਤੇ ਇੱਕ ਤੁਹਾਡਾ ਬਿਸਤਰਾ, ਹਾਂਜੀ, ਪੱਖੀ ਦੇ ਨਾਲ, ਅਤੇ ਲੈਟਰਿਨ ਅਤੇ ਬਾਥਰੂਮ, ਇਹ ਦਰਵਾਜ਼ਾ, ਬਾਬਾ ਜੀ ਮੈਂ ਇਹ ਪੁੱਛਣਾ ਚਾਹੁੰਦਾ ਕਿ ਵੀ ਗੁਰਦੁਆਰਾ ਗਿਆਨ ਗੋਦੜੀ ਦੇ ਬਾਰੇ ਮੈਂ ਤੁਹਾਨੂੰ ਸਾਰੀ ਗੱਲਾਂ ਪੁੱਛਣਾ ਚਾਹੁੰਦਾ, ਵੀ ਉਸ ਦੇ ਬਾਰੇ ਤੁਸੀਂ ਕੀ ਜਾਣਦੇ ਹੋ? ਤੁਸੀਂ ਗੁਰਦੁਆਰਾ ਗਿਆਨ ਗੋਦੜੀ ਵਿੱਚ ਵੀ ਸੇਵਾ ਕੀਤੀ ਹੋਈ ਹੈ, ਅਤੇ ਗੁਰਦੁਆਰਾ ਗਿਆਨ ਗੋਦੜੀ ਵਿੱਚ ਤੁਸੀਂ ਕਿੱਥੇ ਕਿੰਨੇ ਸਾਲ ਸੇਵਾ ਕੀਤੀ? ਚਾਰ ਸਾਲ। ਅੱਛਾ ਜੀ, ਅਤੇ ਉੱਥੇ ਤੁਹਾਡੇ ਨਾਲ ਹੋਰ ਕੌਣ ਕੌਣ ਸੇਵਾ ਕਰਦੇ ਤੁਹਾਨੂੰ? ਕੀਰਤਨ ਕਰਤਾ ਜੀ, ਤਬਲਾ ਵਜਾਉਂਦਾ। ਅੱਛਾ ਜੀ, ਅਤੇ ਹੋਰ ਉੱਥੇ ਜੇਠੂ ਹੋਰ ਕੋਈ ਮਾਈ ਵੀ ਸੀ? ਹਾਂ, ਮਾਤਾ ਰਾਮ ਪਿਆਰੀ। ਮਾਤਾ ਰਾਮ ਪਿਆਰੀ ਜੀ, ਉਹ ਮਾਲਕ ਸਨ ਗੁਰਦੁਆਰੇ ਸਾਹਿਬ ਦੇ? ਅੱਛਾ ਜੀ, ਅਤੇ ਗੁਰਦੁਆਰਾ ਸਾਹਿਬ ਦੀ ਜਿਹੜੀ ਹੈਗੀ ਹੈ, ਉਹਦੇ ਨਾਲ ਇੱਕ ਹੋਰ ਲਲੋਰਾ ਹਾਊਸ ਵੀ ਸੀ ਰਾਣੀ ਦਾ? ਹਾਂਜੀ। ਅਤੇ ਉਹ ਜਿਹੜੀ ਜਗ੍ਹਾ ਹੈਗੀ ਹੈ, ਉਹ ਕਿਹੜੀ ਜਗ੍ਹਾ ਹੈਗੀ ਹੈ ਇਸ ਵੇਲੇ? ਅੱਜ ਕੱਲ੍ਹ ਜਿਹੜੀ ਗੁਰਦੁਆਰਾ ਤਾਂ ਉੱਥੇ ਹੈ ਨਹੀਂ ਹੁਣ। ਹਾਂ, ਉੱਥੇ ਹਾਜੀ ਕੋਈ ਨਾਲ। ਅੱਛਾ ਜੀ, ਹੁਣ ਉੱਥੇ ਕੀ ਬਣ ਗਿਆ ਹੋਇਆ? ਹੋਟਲ, ਦੁਕਾਨਾਂ ਹੋਈਆਂ ਨੇ। ਦੁਕਾਨਾਂ ਬਣਾ ਦਿੱਤੀਆਂ ਨੇ। ਅਤੇ ਇਹ ਜਿਹੜਾ ਗੁਰਦੁਆਰਾ ਕਦੋਂ ਢਾਇਆ ਗਿਆ ਜੀ ਉੱਥੇ? ਇਹ 84 ਤੋਂ 84 ਦੇ ਵਿੱਚ ਦੰਗਿਆਂ ਵਿੱਚ? ਅੱਛਾ ਜੀ, ਅਤੇ 84 ਦੰਗਿਆਂ ਵਿੱਚ ਇਹਨੂੰ ਪੂਰਾ ਢਾ ਦਿੱਤਾ ਗਿਆ, ਅਤੇ ਫਿਰ ਉਹਦੇ ਬਾਅਦ ਉਹਨਾਂ ਨੇ, ਸਰਕਾਰ ਨੇ ਦੁਕਾਨਾਂ ਬਣਾ ਕੇ ਦੇ ਦਿੱਤੀਆਂ ਲੋਕਾਂ ਨੂੰ। ਅਤੇ ਇਹ ਜਿਹੜਾ ਹੁਣ ਉੱਥੇ ਅਸੀਂ ਦੇਖਦੇ ਹਾਂ, ਵੀ ਕਿੱਥੋਂ ਤੋਂ ਕਿੱਥੇ ਤੱਕ ਹੈਗਾ? ਵੀ ਗੁਰਦੁਆਰਾ ਉੱਥੇ ਗਿਆਨ ਗੋਦੜੀ ਗੁਰਦੁਆਰਾ ਜਿੱਥੇ ਸੀਗਾ ਪਹਿਲੇ, ਉੱਥੇ ਜੇ ਅਸੀਂ ਜਾਈਏ ਅੱਜ, ਤਾਂ ਉੱਥੇ ਹੁਣ ਸਾਨੂੰ ਉੱਥੇ ਕੀ ਦਿਖਾਈ ਦੇਗਾ? ਕੁਛ ਨਹੀਂ ਦਿਖਾਈ ਜਾ ਚੁੱਕਾ, ਨਹੀਂ ਦਿਖਾਈ ਦੇ। ਅੱਛਾ ਜੀ, ਅਤੇ ਰਾਮ ਪਿਆਰੀ ਦਾ ਕੀ ਹੋਇਆ? ਉਹ ਮਾਰ ਦਿੱਤਾ ਸੀ। ਕਿਸਨੇ? ਅੱਛਾ ਜੀ, ਦੰਗਿਆਂ ਵਿੱਚ ਕਿ ਦੰਗਿਆਂ ਤੋਂ ਪਹਿਲੇ? ਇਹ ਪਹਿਲੇ ਮਾਰ ਦਿੱਤਾ ਸੀ। ਅੱਛਾ ਜੀ, ਉਹ ਕਿਉਂ ਮਾਰਤਾ ਸੀ? ਪਤਾ ਨਹੀਂ ਕਿਉਂ ਮਾਰਿਆ। ਅੱਛਾ ਜੀ, ਫਿਰ ਤੁਹਾਨੂੰ ਡਰ ਨਹੀਂ ਲੱਗਿਆ ਉੱਥੇ ਵੀ ਤੁਹਾਨੂੰ ਮਾਰ ਦੇਗਾ ਉਹ? ਹਾਂ, ਡਰ ਲੱਗਿਆ। ਡਰ ਲੱਗਿਆ ਫਿਰ ਤੁਸੀਂ ਫਿਰ ਉੱਥੋਂ ਕਿੱਥੇ ਚਲੇ ਗਏ? ਤੁਸੀਂ ਫਿਰ ਬੀਚਲ ਗੁਰਦੁਆਰੇ ਚਲੇ ਗਏ ਹੋ, ਫਿਰ ਉੱਥੇ ਫਿਰ ਤੁਸੀਂ ਸੇਵਾ ਕਰਦੇ ਰਹੇ ਬੀਚਲ ਗੁਰਦੁਆਰੇ ਵਿੱਚ? ਹਾਂਜੀ, ਅਤੇ ਬੀਚਲ ਗੁਰਦੁਆਰਾ ਸੈਕਟਰ 2 ਦੇ ਵਿੱਚ, ਅਤੇ ਫਿਰ ਤੁਸੀਂ ਉੱਥੇ ਪੂਰੀ ਸੇਵਾ ਕੀਤੀ? ਹਾਂਜੀ। ਫਿਰ ਉਸ ਤੋਂ ਬਾਅਦ ਫਿਰ ਕਿੱਥੇ ਸੇਵਾ ਕੀਤੀ ਤੁਸੀਂ? ਫਿਰ ਰਾਣੀਪੁਰ ਮੋੜ ਗੁਰਦੁਆਰਾ। ਰਾਣੀਪੁਰ ਮੋੜ 'ਤੇ ਜੀ, ਫਿਰ ਉਸ ਤੋਂ ਬਾਅਦ ਫਿਰ ਤੁਸੀਂ ਫਿਰ ਇੱਥੇ 4 ਸਾਲ ਤੋਂ ਇੱਥੇ ਤੁਸੀਂ ਨਿਰਮਲ ਕੁਟੀਆ ਦੇ ਵਿੱਚ ਸੇਵਾ ਕਰ 4 ਸਾਲ ਤੋਂ? ਬਾਬਾ ਜੀ, ਤੁਹਾਡਾ ਜਨਮ ਕਦੋਂ ਹੋਇਆ? 75 ਸਾਲ ਦੀ ਤੁਹਾਡੀ ਉਮਰ ਹੈ ਜੀ। ਅਤੇ ਤੁਸੀਂ ਕਿੱਥੇ ਜੰਮੇ ਸੀ? ਫਰੀਦਾਬਾਦ ਜੀ। ਫਰੀਦਾਬਾਦ, 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 ਉੱਥੇ ਤੁਸੀਂ ਜਨਮ ਲੈ ਕੇ ਅਤੇ ਪੜ੍ਹਾਈ ਵੀ ਉੱਥੇ ਕੀਤੀ? ਹੇਮਕੁੰਟ, ਹੇਮਕੁੰਟ ਸਾਹਿਬ ਪੜ੍ਹਾਈ ਕੀਤੀ। ਹਾਂਜੀ। ਅਤੇ ਉੱਥੇ ਤੁਸੀਂ ਕਿੰਨੀ ਉਮਰ ਦੇ ਸੀ ਜਦੋਂ ਉੱਥੇ ਚਲੇ ਗਏ? 15 ਸਾਲ। 15 ਸਾਲ, 15 ਸਾਲ ਦੇ ਤੁਸੀਂ ਫਿਰ ਮਾਤਾ ਪਿਤਾ ਦੀ ਇਜਾਜ਼ਤ ਨਾਲ ਗਏ? ਨਹੀਂ, ਉੱਥੇ ਚਲਾ ਗਿਆ। ਉੱਥੇ ਕਿਵੇਂ? ਉੱਥੇ ਭਗਵਾਨ ਨੂੰ ਢੂੰਢਣ ਵਾਸਤੇ। ਭਗਵਾਨ ਨੂੰ ਢੂੰਢਣ ਵਾਸਤੇ, ਵਾਹਿਗੁਰੂ ਦੇ ਨਾਂ ਲੈ ਕੇ? ਹਾਂਜੀ। ਅਤੇ ਉੱਥੇ ਤੁਸੀਂ ਉਹਨਾਂ ਨੂੰ ਲੱਭਣ ਵਾਸਤੇ ਹੇਮਕੁੰਟ ਸਾਹਿਬ ਚਲੇ ਗਏ? ਹਾਂਜੀ। ਉੱਥੇ ਤੁਸੀਂ ਕਿਹਨੂੰ ਮਿਲੇ?
ਸੰਤਾਂ ਕੀ ਨਾਮ ਉਹਨਾਂ ਦਾ? ਅੱਛਾ, ਤੇ ਉਹ ਕੌਣ ਫਿਰ ਕਿੱਥੇ ਰਹਿਣ ਵਾਲੇ ਸਨ? ਕਾਨਪੁਰ ਕਾਨਪੁਰ ਦੇ ਰਹਿਣ ਵਾਲੇ ਸਨ। ਤੇ ਉਹਨਾਂ ਦੇ ਬਾਰੇ ਤੁਸੀਂ ਦੱਸ ਸਕਦੇ ਵੀ ਉਹ ਕੀ ਕਰਦੇ ਸਨ, ਕਿਸ ਤਰ੍ਹਾਂ ਸੀ? ਨਾ, ਸੰਤਾਂ ਦੇ ਬਾਰੇ ਤੁਹਾਨੂੰ ਨਹੀਂ ਪਤਾ ਹੈਗਾ ਕਿ ਤੁਹਾਨੂੰ ਜਿਹੜੇ ਕਾਜੂ ਕਿਸ਼ਮਿਸ਼ ਵਗੈਰਾ ਦਿੰਦੇ ਸਨ ਉਹ ਕੌਣ ਦਿੰਦੇ ਸੀ? ਕੋਈ ਨਹੀਂ ਦਿੰਦੇ ਸੀ ਸੰਤ ਦਿੰਦੇ ਸੀ। ਉਹ ਤੁਹਾਨੂੰ ਕਾਜੂ ਕਿਸ਼ਮਿਸ਼ ਕਿਉਂ ਦਿੰਦੇ ਸਨ? ਸੇਵਾ ਕਰੇ। ਅੱਛਾ, ਫਿਰ ਤੁਸੀਂ ਉੱਥੇ ਖਾਂਦੇ ਰਹੇ, ਸੇਵਾ ਵੀ ਕਰਦੇ ਰਹੇ, ਤੇ ਕਾਫੀ ਦੇਰ ਤੁਸੀਂ ਸੇਵਾ ਕੀਤੀ ਉੱਥੇ? ਚਾਰ ਸਾਲ ਤੁਸੀਂ ਉੱਥੇ ਸੇਵਾ ਕੀਤੀ। ਫਿਰ ਤੁਸੀਂ ਉਸ ਤੋਂ ਬਾਅਦ ਫਿਰ ਕਿਹੜੇ ਹੋਰ ਚਲੇ ਗਏ? ਫਿਰ ਗਿਆਨ ਗੋਲੀ ਗੁਰਦੁਆਰਾ ਆ ਗਏ ਤੁਸੀਂ। ਠੀਕ ਹੈ ਜੀ। ਤੇ ਫਿਰ ਇੱਥੇ ਮਾਈ ਜੀ ਦਾ ਬਹੁਤ ਮਾਨਤਾ ਸੀ ਉਹਨਾਂ ਦਿਨਾਂ ਵਿੱਚ? ਲੋਕ ਉਹਨੂੰ ਮਾਤਾ ਜੀ ਕਰਕੇ ਬੁਲਾਉਂਦੇ ਸੀ ਜਾਂ ਕਿ ਰਾਮਕਾਰੀ ਕਹਿ ਕੇ ਬੁਲਾਉਂਦੇ? ਅੱਛਾ ਜੀ। ਤੇ ਮਾਤਾ ਜੀ ਦਾ ਹੋਰ ਪਰਿਵਾਰ ਕੌਣ? ਅੱਛਾ ਜੀ, ਤੁਸੀਂ ਦੱਸਦੇ ਸੀ ਵੀ ਉਹਦੀ ਕੋਈ ਬੇਟੀ ਵੀ ਸੀ? ਜੈ ਕੌਰ ਉਹਦੀ ਲੜਕੀ ਦਾ ਨਾਮ। ਤੇ ਫਿਰ ਉਹਨਾਂ ਨੇ ਕੀ ਕੀਤਾ ਜੈ ਕੌਰ ਤੁਸੀਂ ਚਲੇ ਗਏ ਹੁਣ? ਅੱਛਾ ਜੀ। ਤੇ ਉਹ ਵਿਆਹੀ ਹੋਈ ਸੀ ਲੜਕੀ ਉਹਨਾਂ ਦੀ? ਫਿਰ ਉਸ ਤੋਂ ਬਾਅਦ? ਅੱਛਾ, ਤੇ ਫਿਰ ਉਹਦਾ ਪਤੀ? ਉਹਦਾ ਪਤੀ। ਅੱਛਾ, ਫਿਰ ਇਹ ਮਤਲਬ ਕਿ ਬੜਾ ਦੁਖਾਂਤ ਹੋਇਆ। ਫਿਰ ਮਾਤਾ ਦਾ ਤਾਂ ਪਹਿਲਾਂ ਹੀ ਵਿਧਵਾ ਸੀਗੀ ਜਿਹੜੀ ਰਾਮ ਕਿਆਰੀ, ਉਹਦੀ ਬੇਟੀ ਜੈ ਕੌਰ ਵੀ ਉੱਥੇ ਸੀ ਜਿਹੜੀ ਜਿਹਨੂੰ ਕਿ ਉਹਨਾਂ ਨੇ ਦੰਗਿਆਂ ਦੇ ਵਿੱਚ ਮੁਕਾ ਦਿੱਤਾ ਜੀ। ਅਤੇ ਫਿਰ ਹੁਣ ਉਹ ਦੰਗਿਆਂ ਤੋਂ ਬਾਅਦ ਫਿਰ ਉਸ ਥਾਂ 'ਤੇ ਫਿਰ ਦੁਕਾਨਾਂ ਬਣ ਗਈਆਂ ਨੇ ਜਿੱਥੇ ਮੋਹਨ ਚੋਟੀ ਅਤੇ ਭਾਰਤ ਹਾਊਸ ਦਾ ਦਫ਼ਤਰ ਹੈ, ਉਹੀ ਤੁਸੀਂ ਕਹਿ ਰਹੇ ਹੋ? ਹਾਂਜੀ। ਠੀਕ ਹੈ ਜੀ। ਅਤੇ ਅਸੀਂ ਉੱਥੇ ਚੱਲੀਏ ਜਾ ਕੇ ਦੇਖ ਕੇ ਆਈਏ ਉਸ ਥਾਂ ਦੇ ਉੱਤੇ? ਮੈਂ ਜਾਵਾਂ ਤਾਂ ਦੇਖ ਆਵਾਂ, ਤੁਸੀਂ ਵੀ ਚੱਲੋਗੇ ਨਾਲ? ਅੱਛਾ ਜੀ, ਚਲੋ ਠੀਕ ਹੈ ਜੀ। ਬਾਬਾ ਜੀ ਤੁਹਾਡਾ ਅੱਜ ਦਾ ਬੜਾ ਬੜਾ ਧੰਨਵਾਦ ਜੀ। ਅਤੇ ਤੁਸੀਂ ਕੁਛ ਕਹਿਣਾ ਚਾਹੋਗੇ ਵੀ ਉੱਥੇ ਗੁਰਦੁਆਰਾ ਸਿੱਖਾਂ ਨੇ ਕਿਉਂ ਨਹੀਂ ਬਣਾਇਆ? ਬਸ ਸਾਡੀ ਕਮਜ਼ੋਰੀ। ਸਾਡੀ ਕਮਜ਼ੋਰੀ? ਅਤੇ ਇਹ ਤਾਂ ਇਤਿਹਾਸਕ ਥਾਂ ਸੀ ਜਿੱਥੇ ਬਾਬੇ ਨਾਨਕ ਨੇ ਪੱਛਮ ਵੱਲ ਪਾਣੀ ਉਛਾਲਿਆ ਸੀਗਾ। ਗਿਆਨ ਗੋਦੜੀ ਗੁਰਦੁਆਰਾ ਤਾਂ ਹੀ ਨਾਂ ਸੀ। ਹਾਂ ਬਿਲਕੁਲ। ਹਾਂਜੀ, ਗਿਆਨ ਗੋਦੜੀ ਨਾਂ ਸੀ, ਰਹਿੰਦੇ ਸੀ ਬਾਬਾ ਜੀ ਨਾਨਕ ਵਾਲਾ। ਅੱਛਾ, ਨਾਨਕ ਵਾਲਾ ਜੀ ਰਹਿੰਦੇ ਸਨ? ਅਤੇ ਉੱਥੇ ਤਾਂ ਅੱਜ ਗੁਰੂ ਨਾਨਕ ਸਾਹਿਬ ਦੀ ਮੂਰਤੀ ਰੱਖੀ ਹੋਈ ਹੈ, ਅਤੇ ਉਹ ਉੱਥੇ ਮਹਾਰਾਜ ਦਾ ਪ੍ਰਕਾਸ਼ ਕਿਉਂ ਨਹੀਂ ਹੋਇਆ? ਇਹਨਾਂ ਨੂੰ ਰਹਿਣ ਨਹੀਂ ਦਿੱਤਾ ਕਮੇਟੀ ਨੇ। ਓ, ਫਿਰ ਇਹ ਮਤਲਬ ਕਿ ਸ਼੍ਰੋਮਣੀ ਕਮੇਟੀ ਦੀ ਕਮਜ਼ੋਰੀਆਂ ਸਾਰੀਆਂ, ਅਤੇ ਸਿੱਖਾਂ ਦੇ ਵਿੱਚ ਕੋਈ ਉਤਸ਼ਾਹ ਨਹੀਂ ਹੈ ਹਰਿਦੁਆਰ ਦੇ ਸਿੱਖਾਂ ਦੇ ਵਿੱਚ? ਕੋਈ ਉਤਸ਼ਾਹ ਨਹੀਂ ਹੈ। ਹੁਣ ਤਾਂ ਬੜੇ ਵਧੀਆ ਕਰ ਦਿੰਦੇ ਸਾਰੇ ਕੰਮ ਕੀ ਵੀ ਆਪਦੀ ਕਮੇਟੀ ਬਣਾ ਕੇ। ਅੱਛਾ, ਅਤੇ ਹੁਣ ਜਿਹੜੇ ਤੁਸੀਂ ਵਿਚਾਰ ਕਰਦੇ ਹੋ ਕਿ ਵੀ ਗੁਰਦੁਆਰਾ ਸਾਹਿਬ ਉੱਥੇ ਬਣ ਜਾਣਗੇ? ਉੱਥੇ ਉਮੀਦ ਨਹੀਂ ਕਿ ਉੱਥੇ ਬਣੇਗਾ। ਅੱਛਾ ਜੀ, ਉਹਦਾ ਕਾਰਨ? ਉਹਦਾ ਕਾਰਨ ਕਿ ਦੁਕਾਨਾਂ ਬਣੀਆਂ ਹੋਈਆਂ ਨੇ। ਹਾਂਜੀ, ਉੱਥੇ ਜਿਹੜੇ ਪੰਡਤ ਰਹਿੰਦੇ ਨੇ ਉਹ ਬਣੇ ਨਹੀਂ ਰਹਿੰਦੇ। ਅੱਛਾ ਜੀ, ਅਤੇ ਸਿੱਖਾਂ ਦੇ ਵਿੱਚ ਦਮ ਕੋਈ ਨਹੀਂ ਤੁਸੀਂ ਕਹਿ ਰਹੇ? ਸਿੱਖਾਂ ਦਮ ਤਾਂ ਬਹੁਤ ਸਾਰਾ ਜੀ, ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਵਾਲੇ ਕਦਮ ਉਠਾਵੇ ਤਾਂ, ਅਤੇ ਲੇਕਿਨ ਉਹਨਾਂ ਨੂੰ ਤਾਂ ਪਤਾ ਹੀ ਨਹੀਂ, ਕਿਸੇ ਗਿਆਨ ਹੀ ਨਹੀਂ ਹੈ ਉਹਨਾਂ ਦੇ ਵਿੱਚ ਜਿਹੜੇ ਬੰਦੇ ਨੇ ਉਹਨਾਂ ਨੂੰ ਇਹਦੇ ਬਾਰੇ ਕੁਛ ਗਿਆਨ ਹੀ ਨਹੀਂ, ਉਹ ਖੋਜ ਵੀ ਨਹੀਂ ਕਰ ਰਹੇ। ਉਹ ਤੁਹਾਡੇ ਕੋਲ ਆਏ ਕਦੇ ਵੀ ਹਾਂ ਬਾਬਾ ਜੀ ਤੁਸੀਂ ਉੱਥੇ ਸੇਵਾ ਕੀਤੀ ਹੈ, ਅਤੇ ਤੁਸੀਂ ਉਹਦੇ ਬਾਰੇ ਕੁਛ ਦੱਸੋ ਵੀ ਕਿੱਥੇ ਕਿੱਥੇ ਕਦੋਂ ਕਦੋਂ ਕੀ ਵਾਪਰਿਆ? ਤੁਹਾਨੂੰ ਕਿਸੇ ਨੇ ਪੁੱਛਿਆ ਨਹੀਂ ਆ ਕੇ? ਅਤੇ ਮੈਂ ਇਹ ਜਿਹੜੀ ਤੁਹਾਡੀ ਵੀਡੀਓ ਬਣਾ ਰਿਹਾ, ਜੇ ਮੈਂ ਉਹਨਾਂ ਨੂੰ ਦਿਖਾਵਾਂ ਅਤੇ ਉਹ ਆ ਕੇ ਤੁਹਾਨੂੰ ਦੁਬਾਰਾ ਪੁੱਛਣਗੇ, ਫਿਰ ਦੱਸੂਗਾ। ਠੀਕ ਹੈ ਜੀ।
ਤੇ ਫਿਰ ਗਿਆਨ ਦਾ ਪ੍ਰਕਾਸ਼ ਹੋਵੇਗਾ ਤੇ ਗਿਆਨ ਖੁੱਲੇਗਾ ਤੇ ਗਿਆਨ ਗੋਦੜੀ ਹੋਂਦ ਵਿੱਚ ਆ ਸਕਦੀ ਹੈ। ਹਾਂਜੀ ਚਲੋ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਦੇਸ਼ਾਂ ਵਿਦੇਸ਼ਾਂ 'ਤੇ ਉਹਨਾਂ ਤੱਕ ਤੁਹਾਡਾ ਸੁਨੇਹਾ ਪਹੁੰਚਾ ਸਕਾਂ ਕਿ ਵੀ ਗੁਰਦੁਆਰਾ ਬਣਨਾ ਚਾਹੀਦਾ ਜਿੱਥੇ ਤੁਸੀਂ ਤਬਲੇ ਦੀ ਸੇਵਾ ਵੀ ਕਰਦੇ ਰਹੇ ਅਤੇ ਗ੍ਰੰਥੀ ਦੀ ਸੇਵਾ ਵੀ ਕੀਤੀ ਤੁਸੀਂ ਉੱਥੇ। ਅੱਛਾ ਜੀ ਅਤੇ ਮਾਤਾ ਜੀ ਦੀ ਉਮਰ ਤੁਹਾਡੇ ਨਾਲੋਂ ਕਿੰਨੀ ਜ਼ਿਆਦਾ ਵੱਡੀ ਸੀ? ਬਹੁਤ ਬੜੀ ਸੀ। ਅੱਛਾ ਜੀ ਅਤੇ ਤੁਸੀਂ ਫਿਰ ਮਹਾਰਾਜ ਦਾ ਪ੍ਰਕਾਸ਼ ਤੁਸੀਂ ਆਪ ਕਰਦੇ ਸੀਗੇ? ਅੱਛਾ ਜੀ ਅੱਛਾ ਜੀ ਤੇ ਲੋਕੀ ਹਰਿਦੁਆਰ ਦੇ ਆਉਂਦੇ ਸਨ ਤੁਹਾਡੇ ਕੋਲ? ਅੱਛਾ ਜੀ ਯਾਤਰੂ ਵੀ ਆਉਂਦੇ ਸਨ। ਠੀਕ ਹੈ ਜੀ ਤੇ ਬਾਬਾ ਜੀ ਫਿਰ ਤੁਸੀਂ ਹੁਣ ਕੋਈ ਅਖੀਰੀ ਸੁਨੇਹਾ ਦੇ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਜਿਹੜੇ ਸਿੱਖਾਂ ਨੂੰ ਜਾਂ ਜਿਹੜੇ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਇੱਥੇ ਪ੍ਰਬੰਧਕ ਕਮੇਟੀ ਵਾਲੇ ਕਰਨ ਇਹ ਤਾਂ ਤੁਸੀਂ ਉਹਨਾਂ ਨੂੰ ਸੁਨੇਹਾ ਦੇ ਤਾ, ਆਮ ਸਿੱਖਾਂ ਲਈ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਕੋਈ ਵੀ ਆਮ ਸਿੱਖ ਦੇ ਬਾਰੇ ਕੀ ਸੋਚੇ ਜਾਂ ਕੁਛ ਕਰੇ ਜਾਂ ਨਾ ਕਰੇ? ਮੈਂ ਇਸ ਬਾਰੇ ਕੁਛ ਨਹੀਂ ਕਰ ਸਕਦਾ, ਅੰਮ੍ਰਿਤਸਰ ਦੀ ਅੱਗੇ ਨਹੀਂ ਆਏ ਜਦ ਤੱਕ ਕੁਛ ਨਹੀਂ। ਅੱਛਾ ਜੀ ਪੂਰੀ ਤਾਕਤ ਹੈ। ਅੱਛਾ ਜੀ ਤੇ ਤਾਕਤ ਉਹ ਕਿਉਂ ਨਹੀਂ ਲਾ ਰਹੇ ਫਿਰ? ਅੱਛਾ ਜੀ ਚਲੋ ਸੱਚੇ ਪਾਤਸ਼ਾਹ ਆਪ ਮਿਹਰ ਕਰਨ ਤੇ ਕਿਸੇ ਵੇਲੇ ਗੱਲ ਬਣੇ ਤਾਂ ਕੋਈ ਗੱਲ ਹੋਵੇ ਅੱਗੇ। ਅੱਛਾ ਬਾਬਾ ਜੀ ਬੜਾ ਬੜਾ ਧੰਨਵਾਦ ਆਪ ਜੀ ਦਾ। ਅੱਛਾ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।